ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਦੀ ਹੈਰੀਟੇਜ ਆਫ ਪਾਕਿਸਤਾਨ ਔਰ ਮੇਰਾ ਸੋਨਾ ਪੰਜਾਬ, ਖਾਲਸਾ ਰਾਜ ਫੁੱਟ ਸਟੈਪਸ, ਤਮਾਮ ਪੇਜਿਸ ਦੇ ਨਾਲ ਮੈਂ ਹਾਜ਼ਰ ਹਾਂ। ਪੰਜਾਬ ਦਾ ਇੱਕ ਖੋਇਆ ਹੋਇਆ, ਗਵਾਚਿਆ ਹੋਇਆ ਕਲਚਰ ਜਿਹੜਾ ਮੈਂ ਉਹਨੂੰ ਲੈ ਕੇ ਆਇਆ ਵਾਂ। ਤੁਸੀਂ ਅਗਰ ਪੰਜਾਬੀ ਗੀਤ ਸੁਣਨ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਬਹੁਤ ਕੁਛ ਹੀ ਯਾਦ ਹੋਏਗਾ, ਔਰ ਅਗਰ ਇਹਨੂੰ ਦੇਖ ਕੇ ਇਹ ਭੈਣ ਜੀ ਜਿਹੜੀ ਦਾਣੇ ਪੁਣ ਰਹੀ ਨੇ, ਬੀਬੋ ਨਾਮ ਹੈ ਇਹਨਾਂ ਦਾ, ਔਰ ਇੱਥੇ ਇਹ ਪਿੰਡ ਹੈ ਗੁਰਪ੍ਰੀਤ ਸਿੰਘ ਘੁੱਗੀ ਦਾ। ਮੈਂ ਇਸ ਵੇਲੇ ਲਾਹੌਰ ਤੋਂ ਤਕਰੀਬਨ ਕੋਈ 180 ਕਿਲੋਮੀਟਰ ਦੇ ਫਾਸਲੇ 'ਤੇ ਹਾਂ, ਔਰ ਅੱਜ ਮੈਂ ਖਾਲਸਾ ਰਾਜ ਫੁੱਟ ਸਟੈਪਸ ਦਿਖਾਉਂਦੇ ਮੈਨੂੰ ਪੰਜਾਬ ਦਾ ਇੱਕ ਕਲਚਰ ਨਜ਼ਰ ਆਇਆ ਗਵਾਚਾ ਹੋਇਆ, ਜਿਹਦੇ ਨਾਲ ਪੂਰਾ ਇੱਕ ਗੀਤ ਕਿਹਾ ਜਾਂਦਾ ਹੈ, ਪੱਠੀ ਵਾਲੀਏ ਚੰਦੇ ਦੀਏ ਡਾਲੀਏ, ਦੁੱਖਾਂ ਦਾ ਪਰਾਗਾ ਭੁੰਦੇ। ਅਤੇ ਇਹ ਦੁੱਖਾਂ ਦਾ ਪਰਾਗਾ ਹੀ ਸਹੀ, ਇਹ ਭੈਣ ਜੀ ਦੇਖੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਹੀਆਂ ਨੇ। ਇਹ ਪੰਜਾਬ ਦੀ ਇੱਕ ਸ਼ਾਨ ਹੈ ਕਿ ਪੰਜਾਬੀ ਲੋਕ ਜਿਹੜੇ ਨੇ ਹੱਥੀ ਕਰਕੇ ਖਾਣਾ ਜਾਂਦੇ ਨੇ, ਭਾਵੇਂ ਕੁਝ ਵੀ ਇਹ ਮਿਹਨਤ ਕਰਨ ਵਿੱਚ ਕੋਈ ਮਿਹਣਾ ਨਹੀਂ ਹੈ, ਚੋਰੀ 'ਚ ਯਾਰੀ ਦੇ ਵਿੱਚ ਹਰ ਚੀਜ਼ 'ਚ ਮਿਹਣਾ ਹੈ, ਲੇਕਿਨ ਜਿਹੜਾ ਬੰਦਾ ਆਪਣੇ ਆਪ ਦੀ ਹੱਥੀ ਦੀ ਕਰਕੇ ਖਾਂਦਾ ਉਹਦਾ ਕੋਈ ਮਿਹਣਾ ਨਹੀਂ ਹੈ। ਅਤੇ ਇਹ ਸਾਡੇ ਵਾਸਤੇ ਉਹਨਾਂ ਲੋਕਾਂ ਵਾਸਤੇ ਮਿਸਾਲ ਹੈ ਕਿ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਨੇ ਔਰ ਉਹ ਮੰਗਣ ਦਾ ਕੰਮ ਕਰਦੇ ਨੇ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਕੰਮ ਸਾਰੇ ਬਰਾਬਰ ਹੀ ਹੁੰਦੇ ਨੇ, ਸਿਰਫ ਇਨਸਾਨ ਦੀ ਸੋਚ ਹੀ ਨਿੱਕੀ ਹੁੰਦੀ ਹੈ ਜਾਂ ਵੱਡੀ ਹੁੰਦੀ ਹੈ। ਪਿੰਡ ਦਾ ਗਵਾਚਿਆ ਕਲਚਰ ਪੱਠੀ ਔਰ ਪੱਠੀ 'ਤੇ ਦਾਣੇ ਪੁੰਨਣ ਵਾਲੇ ਜਿਹੜਾ ਕਿ ਕਲਚਰ ਪੰਜਾਬ ਦੇ ਵਿੱਚ ਤਕਰੀਬਨ ਨਾ ਪੈਦ ਹੁੰਦਾ ਜਾ ਰਿਹਾ, ਉਹ ਉਸ ਕਲਚਰ ਨੂੰ ਲੈ ਕੇ ਮੈਂ ਇੱਕ ਵਾਰੀ ਫਿਰ ਦੁਬਾਰਾ ਤੁਹਾਡੀ ਨਜ਼ਰ ਖਿਦਮਤ ਵਿੱਚ ਹਾਜ਼ਰ ਹੋਇਆ ਵਾਂ। ਭੈਣ ਜੀ, ਤੁਸੀਂ ਕਿੰਨੀ ਦੇਰ ਤੋਂ ਦਾਣੇ ਪੁੰਨ ਰਹੇ ਹੋ? ਸਾਲ ਇੱਕ ਹੋ ਗਿਆ। ਅੱਛਾ ਅੱਛਾ, ਤੇ ਅੱਜ ਕੱਲ ਕੀ ਜ਼ਿਆਦਾ ਪੁੰਨ ਰਹੇ ਨੇ, ਕੀ ਕਾਹਦਾ ਮੌਸਮ ਹੈ ਲੋਕੀ? ਅੱਛਾ, ਚੌਲ ਤੇ ਫੁੱਲੜੀਆਂ ਜਿਹੜੀਆਂ ਨੇ, ਪੰਜਾਬ ਦਾ ਇੱਕ ਪੁਰਾਣਾ ਕਲਚਰ ਹੈ। ਇਹ ਦੇਖੋ ਇਹ ਚਾਵਲ ਭੁੰਨੇ ਜਾ ਰਹੇ ਨੇ ਨਵੇਂ ਨਵੇਂ, ਜਦੋਂ ਚੌਲ ਆਉਂਦੇ ਨੇ ਉਹਨਾਂ ਨੂੰ ਲੋਕ ਭੁੰਨ ਕੇ ਖਾਣਾ ਪਸੰਦ ਕਰਦੇ ਨੇ। ਇਹ ਦੇਖੋ ਤੁਸੀਂ, ਇਹ ਸਭ ਬੱਚੇ ਜਿਹੜੇ ਨੇ ਦਾਣੇ ਬਣਾਉਣ ਵਾਸਤੇ ਆਏ ਨੇ। ਸ਼ਾਮ ਹੁੰਦਿਆਂ ਹੀ ਪੱਠੀ ਤਾਈ ਜਾਂਦੀ ਹੈ ਔਰ ਚੰਬੇ ਦੀ ਡਾਲੀ ਜਿਹੜੀ ਹੈ ਉਹ ਦੁੱਖਾਂ ਦਾ ਪਰਾਗਾ ਭੁੰਨਣਾ ਸ਼ੁਰੂ ਕਰ ਦਿੰਦੀ ਹੈ।